ਵਿੱਚ ਦੁਨੀਆ ਸਿਵਕ ਮਾਈ ਇਹ ਤਾਂ ਰਹਿਸਣ ਕਹਾ ਨਾਨਕ ਬਹਾਂ ਲੜਾਏ ਇਹ ਕਹਾ ਨਾਨਕ ਵਾਨ ਵਾਹਿਗੁਰੂ 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 ਵਾਹਿ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਪਾਤਸ਼ਾਹ ਜੀ ਦੀ ਰਹਿਮਤ ਹੋਈ, ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ, ਮਹਾਨ ਤਪਸਵੀ ਪਰਮ ਯੋਗੀ ਦੇ ਤਪ ਸਥਾਨ ਨਿਰਮਲ ਡੇਰਾ
ਹਿਰਦਾਪੁਰ ਖੇੜੀ ਵਿਖੇ ਪੂਰਨਮਾਸੀ ਦਾ ਸਮਾਗਮ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਹੀ ਬੜੀ ਪਾਤਸ਼ਾਹ ਦੀ ਰਹਿਮਤ ਹੋਈ ਇਸ ਸਥਾਨ 'ਤੇ ਜੋ ਦਰਬਾਰ ਸਾਹਿਬ ਬਣਾਏ ਜਾਣੇ ਹਨ ਉਹਨਾਂ ਦਾ ਸ਼ਿਲਾਨਿਆਸ ਰੱਖਿਆ ਗਿਆ। ਹਜ਼ੂਰ ਸਾਹਿਬ ਤੋਂ ਲੰਗਰਾਂ ਵਾਲੇ ਮਹਾਂਪੁਰਸ਼ ਬਾਬਾ ਅਮਰਜੀਤ ਸਿੰਘ ਜੀ ਪਹੁੰਚੇ, ਬੜੀ ਕਿਰਪਾ ਹੋਈ। ਹਰ ਸਨਿਚਰਵਾਰ ਇਸ ਸਥਾਨ 'ਤੇ ਡਾਕਟਰ ਆਉਂਦੇ ਹਨ, ਸਾਰੀ ਚੈੱਕਅਪ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਨੇ। ਜੋ ਬਿਰਧ ਆਸ਼ਰਮ ਰਤਵਾੜਾ ਸਾਹਿਬ ਬਣਿਆ ਕਰਨਲ ਸਾਹਿਬ, ਇਹ ਸਾਰੀ ਨਿਸ਼ਕਾਮ ਸੇਵਾ ਕਰਦੇ ਨੇ। ਅਤੇ ਹੁਣ ਸ਼ਾਮ ਦੇ ਇਹ ਦੀਵਾਨ ਰਹਿਰਾਜ ਸਾਹਿਬ ਨਾਲ ਸ਼ੁਰੂ ਹੋਏ, ਉਸ ਤੋਂ ਉਪਰੰਤ ਬਾਬਾ ਬਲਜੀਤ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਨੇ ਕਿੰਨੇ ਪਿਆਰ ਨਾਲ ਕੀਰਤਨ ਵਿਚਾਰਾਂ ਦੁਆਰਾ ਨਿਹਾਲ ਕੀਤਾ। ਲੁਧਿਆਣੇ ਤੋਂ ਪ੍ਰਸਿੱਧ ਕਥਾਵਾਚਕ ਇਕਬਾਲ ਸਿੰਘ ਜੀ, ਗਿਆਨੀ ਇਕਬਾਲ ਸਿੰਘ, ਇਹਨਾਂ ਦੀਆਂ ਬੱਚੀਆਂ ਸ਼ਬਦ ਪੜ੍ਹੇ, ਕਥਾ ਕੀਤੀ, ਬਹੁਤ ਹੀ ਪਿਆਰ ਵਾਲੇ ਨੇ। ਆਤਮ ਮਾਰਗ ਦੀ ਮਹਾਨ ਸੇਵਾ ਇਹ ਕਰਦੇ ਨੇ। ਉਸ ਤੋਂ ਉਪਰੰਤ ਵੈਦ ਜੀ ਨੇ ਆਪਣਾ ਤਜਰਬਾ ਦੱਸਿਆ। ਉਸ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਬੜੀ ਲੰਬੇ ਸਮੇਂ ਤੋਂ ਇਸ ਸਥਾਨ ਦੀ ਖਜ਼ਾਨਚੀ ਦੀ ਸੇਵਾ ਸੰਭਾਲੀ, ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਕਾਨੋਗੋ, ਇਹਨਾਂ ਨਾਲ ਭਾਈ ਬਲਦੇਵ ਸਿੰਘ ਜੀ, ਹਿਰਦਾਪੁਰ ਖੇੜੀ, ਸਾਰਾ ਨਗਰ ਹੀ ਇਸ ਸੇਵਾ ਦਾ ਪੁੰਜ ਹੈ। ਅਤੇ ਹੁਣ ਇਸ ਸਥਾਨ 'ਤੇ ਪਿਛਲੇ ਸਮੇਂ ਤੋਂ ਮਹਾਂਪੁਰਸ਼ ਬਾਬਾ ਹਰਪ੍ਰੀਤ ਸਿੰਘ ਜੀ ਕਾਲੇ ਚੋਲੇ ਵਾਲੇ, ਜਿਨ੍ਹਾਂ ਦੇ ਉੱਤੇ ਬੜੀ ਰਹਿਮਤ ਹੈ, ਉਹ ਸੇਵਾ ਨਿਭਾ ਰਹੇ ਨੇ। ਸੇਵਾ ਦਾ ਸਿਮਰਨ ਦਾ ਕੁੰਭ ਲੱਗਿਆ ਹੈ। ਸੇਵਾ ਕਰਨ ਨਾਲ, ਕਿਉਂਕਿ ਅੱਜ ਆਪਾਂ ਇੱਥੇ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਵਿਚਾਰ ਕਰਨੀ ਹੈ ਕਿ ਸੇਵਾ ਨਾਲ ਕੀ ਹੁੰਦਾ ਹੈ, ਸਿਮਰਨ ਨਾਲ ਕੀ ਹੁੰਦਾ, ਇਸ ਬਾਰੇ ਸਤਿਪੁਰਸ਼ ਇਸ ਤਰ੍ਹਾਂ ਦੇ ਨਾਲ ਦੱਸਦੇ ਹਨ। ਉਹ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈ ਦਾਨਾ, ਇਹ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈ ਦਾ। ਜਪੀਏ ਤਾਂ ਦੂਰ ਹੁੰਦੇ
ਫੜਿਓ ਤੂੰ ਰਹਿੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਨਾ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਨਾ ਸੇਵਾ ਕਰਕੇ ਜੀ ਮਾਣ ਪਾਈ ਨਾ ਸੇਵਾ ਕਰਕੇ ਉਹ ਅਣ ਪਾਈ ਨਾ ਜਪੀਏ ਤੰਦੂਰ ਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਨਾ ਤੰਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਨਾ ਵਿੱਚ ਦੁਨੀਆਂ ਸੇਵਕ ਮਾਈ ਏ ਤਾਂ ਆ ਵੇਖੋ ਜਿਨ੍ਹਾਂ ਨੇ ਵੀ ਸੇਵਾ ਕੀਤੀ ਇਸ ਦੁਨੀਆਂ ਦੇ ਵਿੱਚ ਕਿੱਡਾ ਉਹਨਾਂ ਨੂੰ ਮਾਣ ਪ੍ਰਾਪਤ ਹੈ ਲੰਗਰ ਸਾਹਿਬ ਹਜ਼ੂਰ ਸਾਹਿਬ ਦੀ ਉਹ ਪਾਵਨ ਧਰਤੀ ਸੁਰਤੀਆਂ ਜੋੜੋ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਸੱਚਖੰਡ ਲੰਗਰਾਂ ਦੀ ਸੇਵਾ ਕਰਦੇ ਕਮੇਟੀਆਂ ਖਰਚਾ ਦਾ ਹਿਸਾਬ ਲਾਉਂਦੀਆਂ ਮਹਾਂਪੁਰਸ਼ ਖੁੱਲ੍ਹੀ ਖੇਡ ਵਰਤਾਉਂਦੇ ਉਹਨਾਂ ਤੋਂ ਤੰਗ ਆ ਕੇ ਇੱਧਰ ਨੂੰ ਪੰਜਾਬ ਵੱਲ ਨੂੰ ਆਉਣ ਲੱਗਦੇ ਨੇ ਰੇਲਵੇ ਸਟੇਸ਼ਨ 'ਤੇ ਬੈਠੇ ਨੇ ਸੁਰਤ ਜੁੜੀ ਹੈ
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ, ਬਚਨ ਕੀਤਾ ਕਿ ਖਿੱਸਾ ਮੇਰਾ ਹੱਥ ਤੇਰਾ, ਵਰ ਦੇ ਦਿੱਤਾ। ਉੱਥੋਂ ਵਾਪਸ ਮੁੜੇ ਗੋਦਾਵਰੀ ਦੇ ਕੰਢੇ, ਪੀਪਾ ਲੈ ਕੇ ਪਾਣੀ ਉਬਾਲਿਆ, ਦਾਲ ਚੌਲ ਖਿਚੜੀ ਬਣਾਈ, ਲੰਗਰ ਪੰਗਤਾਂ ਲਾ ਦਿੱਤੀਆਂ। ਅੱਜ ਉੱਥੇ 24 ਘੰਟੇ ਲੰਗਰ ਚੱਲ ਰਹੇ ਨੇ, ਕਿਉਂਕਿ ਪਹਿਲਾਂ ਪੰਗਤ ਪਾਛੈ ਸੰਗਤ, 52 ਬਚਨ ਜੋ ਆਖਰੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੋਏ, ਉਹਨਾਂ ਵਿੱਚ ਇਹ ਬਚਨ ਕਿ ਪਹਿਲਾਂ ਲੰਗਰ ਪਾਛੈ ਮੰਦਰ, ਪਹਿਲਾਂ ਪੰਗਤ ਪਾਛੈ ਸੰਗਤ, ਪਹਿਲਾਂ ਪੇਟ ਪੂਜਾ ਫਿਰ ਕਾਮ ਦੂਜਾ, ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਅੱਜ ਵੀ ਇਸ ਅਸਥਾਨ ਤੇ ਜੋ ਕਾਰ ਸੇਵਾ ਸ਼ੁਰੂ ਹੋਈ ਦਰਬਾਰ ਸਾਹਿਬ ਦੀ, ਉੱਥੋਂ ਮੌਜੂਦਾ ਮੁਖੀ ਬਾਬਾ ਨਰਿੰਦਰ ਸਿੰਘ ਜੀ ਤੇ ਮਹੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰਾਂ ਵਾਲੇ, ਉਹਨਾਂ ਦੇ ਨੁਮਾਇੰਦੇ ਬਾਬਾ ਅਮਰਜੀਤ ਸਿੰਘ ਜੀ ਇੱਥੇ ਪਹੁੰਚੇ ਨੇ। ਆਓ ਇਹਨਾਂ ਦੇ ਆਗਮਨ ਦੇ ਵਿੱਚ ਜੋ ਸਟੇਜ ਤੇ ਸੁਭਾਇਮਾਨ ਨੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਜਕਾਰਾ ਬੁਲਾਈਏ। ਬੋਲੇ ਦੁਨੀਆਂ ਸਿਵਕ ਮਾਈਏ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਬਹਾਂ ਲੁਡਾਈਏ, ਕਹੋ ਨਾਨਕ ਬਹਾਂ। ਅੱਜ ਤੱਕ ਉਸ ਅਸਥਾਨ ਤੇ ਕਿੱਡੀਆਂ ਬਖਸ਼ਿਸ਼ਾਂ ਰਹਿਮਤਾਂ ਵਰਸਦੀਆਂ ਨੇ, ਇੱਕ ਨਗਾਰਾ ਹੈ। ਜੋ ਕੋਈ ਐਸੀ ਰੂਹ ਅੱਜ ਵੀ ਉਹ ਬਜਾ ਦਿੰਦੀ, ਪਰ ਹੁਣ ਤਾਂ 24 ਘੰਟੇ ਹੀ ਲੰਗਰ ਚੱਲਦਾ। ਉਹਨਾਂ ਸਮਿਆਂ 'ਚ ਭੋਗ ਉਪਰੰਤ ਜਦੋਂ ਹੁਕਮਨਾਮਾ ਲਿਆ ਜਾਣਾ, ਉਸ ਸਮੇਂ ਨਗਾਰਾ ਆਪਣੇ ਆਪ ਵੱਜਦਾ ਸੀ। ਗਿਆਨੀ ਸੰਤ ਸਿੰਘ ਮਸਕੀਨ ਨੇ ਕਥਾ ਰੱਖ ਲਈ ਕਿ ਦੇਖਾਂ ਕਿਵੇਂ ਵੱਜਦਾ ਉਹ ਐਸੀ ਰੂਹ। ਕੋਈ ਪਰਉਪਕਾਰੀ ਹੁਣ ਵੀ ਬਾਬਾ ਜੀ ਦੱਸਦੇ, ਕਹਿੰਦੇ ਕਈ ਵਾਰੀ 12 ਵਜੇ ਰਾਤ ਦੇ ਵੱਜ ਜਾਣਾ, ਕੋਈ ਆ ਗਿਆ ਸਾਰਿਆਂ ਨੂੰ ਭਾਜਣਾ ਪੈ ਜਾਂਦੀਆਂ ਸੇਵਾਦਾਰਾਂ ਨੂੰ ਕਿ ਲੰਗਰ ਤੋਂ ਬਗੈਰ ਕੋਈ ਜਾਵੇ ਨਾ। ਐਡੀਆਂ ਉਹ ਬਖਸ਼ਿਸ਼ਾਂ ਮਸਕੀਨ ਤੱਕ ਮੰਨਦਾ ਨਹੀਂ ਸੀ, ਪਰ ਅੱਖੀਂ ਵੇਖ ਕੇ ਕੰਨਾਂ ਨਾਲ ਸੁਣ ਕੇ ਉਹਨੇ ਆਪਣੀ ਕਥਾ ਵਿੱਚ ਇਹ ਵਰਣਨ ਕੀਤਾ। ਹੁਣ ਰਾੜਾ ਸਾਹਿਬ
ਬੜੇ ਮਹਾਰਾਜ ਜੀ ਆਪ ਜੇ ਕੋਈ ਲੰਗਰ ਛਕਣ ਆਇਆ 12 ਵਜੇ ਰਾਤ ਨੂੰ, ਲਾਂਗਰੀ ਥੱਕੇ ਹੋਏ ਦਿੰਦੇ, ਕਹਿੰਦੇ ਕੋਈ ਨਹੀਂ ਹੁਣ 2 ਵਜੇ ਲੰਗਰ ਸ਼ੁਰੂ ਹੋ ਜਾਣਾ, ਉਦੋਂ ਆ ਜਾਈ ਵਾਪਸ ਮੋੜਤਾ। ਬੜੇ ਮਹਾਰਾਜ ਨੂੰ ਪਤਾ ਲੱਗਿਆ, ਆਪ ਫਿਰ ਲੰਗਰ ਵਿੱਚ ਜਾ ਕੇ ਆਟਾ ਗੁੰਨਣ ਲੱਗਦੇ ਨੇ। ਲਾਂਗਰੀ ਉੱਠ ਖੜਦੇ ਨੇ, ਦੇਖਦੇ ਨੇ ਕਿ ਆਪ ਲੱਗੇ ਨੇ। ਕਹਿਣ ਲੱਗੇ ਕਿ ਮਹਾਂਪੁਰਸ਼ੋ ਅਸੀਂ ਸੇਵਾ ਕਰਦੇ। ਕਹਿੰਦੇ ਨਹੀਂ, ਤੁਸੀਂ ਤਾਂ ਥੱਕ ਜਾਂਦੇ, ਹੁਣ ਰਾਤ ਨੂੰ ਮੈਂ ਹੀ ਡਿਊਟੀ ਦਿਆ ਕਰਾਂਗਾ, ਮੈਂ ਵਿਹਲਾ ਰਹਿੰਦਾ। ਕਿੱਡੀ ਉਹ ਨਿਮਰਤਾ ਦੇ ਪੁੰਜ, ਸੇਵਾ ਸਿਮਰਨ ਦੇ ਪੁੰਜ, ਇਹ ਪ੍ਰੈਕਟੀਕਲ ਰੂਪ ਚ ਬਚਨ ਕਰਦੇ ਨੇ। ਵੀਰ ਸੇਵਾ ਕੋ ਤੋ ਇਹ ਪਲੇ, ਇਹ ਸੰਤ ਇੱਕ ਓ ਰਾਮ ਜੋ ਤਾਤ ਮੁਕਤ ਕੋ ਤਜ ਪਾਵੇ। ਸੰਤ ਜੋ ਪਾਉਂਦੇ ਤੇਰਾ ਨਾਮ, ਰਾਮ ਦਾਤ ਮੁਕਤੀਨ ਜ ਪਾਉਂਦੇ ਤੇਰਾ ਨਾਮ, ਰਾਮ ਦਾਤ ਮੁਕਤੀਨ ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ। ਹੁਣ ਮਹਾਂਪੁਰਸ਼ਾਂ ਤੋਂ ਸੇਵਾ ਦਾ ਰਾੜਾ ਸਾਹਿਬ ਸੇਵਾ ਮੰਗਦੇ, ਇੱਕ ਸ਼ਰਤ ਤੇ ਸੇਵਾ ਦਿੱਤੀ ਸ੍ਰੀਮਾਨ ਨੂੰ ਕਿ ਇਹ ਲੰਗਰ ਦੇ ਦਰਵਾਜ਼ੇ ਸਦਾ ਖੁੱਲ੍ਹੇ ਰਹਿਣੇ ਚਾਹੀਦੇ ਨੇ, ਕਦੇ ਵੀ ਕੋਈ ਆ ਸਕਦਾ, ਇਹ ਲੰਗਰ ਗੁਰੂ ਦਾ ਹੈ। ਰਾੜਾ ਸਾਹਿਬ ਸ੍ਰੀਮਾਨ ਜੀ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਨੇ ਸਾਰੀ ਜ਼ਿੰਦਗੀ ਫਿਰ ਪਿੱਠ ਨਹੀਂ ਲਾ ਕੇ ਵੇਖੀ, ਕਮਰ ਕਸਾ ਨਹੀਂ ਖੋਲਿਆ, ਸਾਰੀ ਸਾਰੀ ਰਾਤ ਬੈਠੇ ਰਹਿਣਾ ਕਿ ਕਦੇ ਵੀ ਕੋਈ ਆਵੇ ਆਪ ਆਪਣੇ ਹੱਥੀ ਲੰਗਰ ਛਕਾਉਣਾ। ਹੁਣ ਐਸੇ ਮਹਾਂਪੁਰਖਾਂ ਦੀ ਸੇਵਾ ਆ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੀਤੀ।
ਰਾੜਾ ਸਾਹਿਬ ਵਾਲੇ ਮਹਾਰਾਜ 25-25 ਦਿਨ ਆਪ ਜੀ ਕੋਲ ਠਹਿਰਦੇ ਯੂਪੀ। ਆਪ ਨੇ ਇੱਥੋਂ ਚੰਡੀਗੜ੍ਹ ਤੋਂ ਭੇਜੇ, ਨਾਲ ਬਚਨ ਹੋਏ। ਇਹ ਸੇਵਾ ਕਰਨੀ, ਸਿਮਰਨ ਕਰਨਾ, ਇਸ ਨਾਲ ਸੰਗਤਾਂ ਨੂੰ ਜੋੜਨਾ, ਫਿਰ ਕਿੱਡੀਆਂ ਬਖਸ਼ਿਸ਼ਾਂ ਹੋਈਆਂ। ਉਹ ਚਰਪ ਦਰਤ ਮਿਲਦੇ ਕਰਕੇ ਸੇਵਾ ਸਾਧੂਆਂ ਦੀ, ਚਰਪ ਦਰਤ ਮਿਲਦੇ ਕੇ ਸੇਵਾ ਸਾਧੂਆਂ ਦੀ। ਜੀ ਚਰਪ ਦਰਤ ਮਿਲਦੇ ਕਰਕੇ ਸੇਵਾ ਸਾਧੂਆਂ ਦੀ, ਚਰਪ ਦਰਤ ਮਿਲਦੇ ਕੇ ਸੇਵਾ ਸਾਧੂਆਂ ਦੀ। ਚਾਰ ਪਦਾਰਥ ਜੇ ਕੋ ਮੰਗੇ ਸਾਧਨਾ ਕੀ, ਹੁਣ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ। ਯੂਪੀ ਭਾਗ ਲੱਗ ਗਏ, ਤਰਾਈ ਸਿੱਖ ਮਿਸ਼ਨ ਕਾਇਮ ਕੀਤਾ ਉਹਨਾਂ ਇਲਾਕਿਆਂ 'ਚੋਂ ਜਿੱਥੋਂ ਅੱਜ ਕਾਰ ਸੇਵਾ ਟਰੱਕ ਭਰ ਭਰ ਜਾਂਦੇ ਨੇ, ਇਤਿਹਾਸਕ ਅਸਥਾਨਾਂ ਦੀ ਸੇਵਾ ਹੁੰਦੀ ਹੈ। 1966 ਦੇ ਵਿੱਚ ਵੱਡੇ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਬਚਨਾਂ ਅਨੁਸਾਰ ਸਤਸੰਗ ਕੀਤੇ, ਸੰਗਤਾਂ ਨੂੰ ਨਾਮ ਬਾਣੀ ਨਾਲ ਸੇਵਾ ਸਿਮਰਨ ਨਾਲ ਜੋੜਿਆ। ਉਸ ਤੋਂ ਬਾਅਦ ਫਾਰਮ ਵੇਚ ਕੇ ਆ ਸਾਰਾ ਰਤਵਾੜਾ ਸਾਹਿਬ ਲਾ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈ ਹੈ। ਕਿੱਡੀਆਂ ਬਖਸ਼ਿਸ਼ਾਂ, ਰਹਿਮਤਾਂ। 1939 ਦੇ ਵਿੱਚ ਰਾੜਾ ਸਾਹਿਬ ਮਹਾਂਪੁਰਖ
ਨਿਜ ਆਨੰਦ ਮਾਣਨ ਵਾਸਤੇ ਇਕਾਂਤ ਚਾਹੁੰਦੇ ਨੇ ਉਸ ਸਮੇਂ ਭੋਰਾ ਸਾਹਿਬ ਸੇਵਾ ਚੱਲੀ। ਸੰਗਤਾਂ ਨੇ ਟੋਕਰੀਆਂ ਚੁੱਕਣੀਆਂ ਜਿਵੇਂ ਨਾਲ ਚੌਥੀ ਮੰਜ਼ਿਲ ਤੱਕ ਟੋਕਰੀਆਂ ਪਹੁੰਚਾਉਣੀਆਂ। ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਅਸੀਂ ਵੀ ਸੇਵਾ ਕਰਨੀ, ਕਿੱਡਿਆ ਇਹ ਬਖਸ਼ਿਸ਼ਾਂ ਬਰਕਤਾਂ ਇਹ ਨਾਲ ਸਿਮਰਨ ਦੀਆਂ ਹਨ ਸੇਵਾ ਨਾਲ। ਸਤਿਨਾਮ ਵਾਹਿਗੁਰੂ, ਤਿਨਾਮ ਵਾਹਿਗੁਰੂ, ਤਿਨਾਮ ਤੂੰ ਸਤਿਨਾਮ ਵਾਹਿਗੁਰੂ, ਤਿਨਾਮ ਵਾਹਿਗੁਰੂ, ਇੱਛਾ ਪੂਰਕ ਸੁਖ ਦਾ ਤਹਾਰ ਚੰਗੇ ਹੱਸ ਹੈ ਸੋ ਐਸਾ ਹਰ ਧਿਆਇ ਮੇਰੇ ਜੜਤਾ ਸਰਬ ਸੁਖ ਪਾਵੈ। ਜਪ ਮਨ ਸਤਨਾਮ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈਐ ਨਿਤ ਧਿਆਇ ਹਰ ਨਾਲ ਸਤਨਾਮ ਦਾ ਜਾਪ ਸੇਵਾ ਨਾਲ। ਇੱਕ ਸਾਲ ਦੇ ਉਸ ਇਮਾਰਤ ਦੀ ਉਸਾਰੀ ਪੂਰੀ ਹੋਈ, ਸਾਰਾ ਜਿੰਨਾ ਖਰਚਾ ਆਇਆ ਉਹ ਉਸ ਸਮੇਂ ਦਾ 4,000 ਰੁਪਇਆ ਜਿਹੜਾ ਠੇਕੇਦਾਰ ਸੀ ਭਾਈ ਮੋਹਨ ਸਿੰਘ ਬਟਾਰੀ ਵਾਲਿਆਂ ਨੇ ਕੀਤਾ, ਬਾਕੀ ਸੰਗਤਾਂ ਨੇ ਸੇਵਾ ਕੀਤੀ। ਮਹਾਂਪੁਰਖ ਪ੍ਰਸੰਨ ਹੋਏ, ਕਹਿੰਦੇ ਪਿਆਰਿਆ ਦੱਸ ਤੈਨੂੰ ਕੀ ਗੁਰੂ ਨਾਨਕ ਦੇ ਦਰ ਤੋਂ ਦਵਾਈਏ। ਹੁਣ ਝੁੱਕ ਗਿਆ ਦੂਜਾ ਬਚਨ ਤੀਜਾ ਬਚਨ ਉਹਨਾਂ ਮਹਾਂਪੁਰਖਾਂ ਦਾ ਹੋਇਆ, ਤਿੰਨ ਬਚਨ ਸਾਧੂ ਦੇ ਹੁੰਦੇ ਨੇ। ਕਹਿੰਦੇ ਪਿਆਰਿਆ ਤੇਰੇ ਘਰ ਦੀਨ ਵੀ ਰਹੂ ਦੁਨੀਆਂ ਵੀ ਰਹੂ, ਅੰਗਰੇਜ਼ ਜਦੋਂ 47 ਚ ਗਏ ਦਿੱਲੀ, ਲੱਕੜ ਦਾ ਠੇਕੇਦਾਰ ਇਹਨਾਂ ਨੇ ਉਹਨਾਂ ਦੇ ਹਿੱਸੇ ਖਰੀਦ ਲਏ, ਕਾਰੋਬਾਰ ਵੱਧਦਾ ਗਿਆ, ਕੋਕਾ ਕੋਲਾ ਫੈਕਟਰੀ ਲਾਈ, ਅੱਜ ਦੀਨ ਵੀ ਹੈ ਦੁਨੀਆ ਵੀ ਹੈ।
ਕਿਉਂਕਿ ਕੋਈ ਵੀ ਕਰ ਲਓ ਸੇਵਾ ਨੂੰ ਤਾਂ ਫਲ ਲੱਗਣਾ ਹੀ ਹੈ। ਉਹ ਕਰਕੇ ਕੋਈ ਦੇਖ ਲੋ ਸੇਵਾ ਨੂੰ ਨਾਮ ਮੇਰਾ, ਜੇ ਕੋਈ ਦੇਖ ਲੋ ਨੂੰ ਨਾਮ ਮੇਰਾ। ਕੋਈ ਵੇਖ ਲੋ ਸੇਵਾ ਤਾਂ ਨਾਮ ਮੇਰਾ, ਕੇ ਕੋਈ ਵੇਖ ਲੋ ਤੋਂ ਨਾਮ ਮੇਰਾ। ਚਾਰ ਪਨਾਰਤ ਜੇ ਕੋ ਮੰਗੈ ਸਾਰੇ ਜਨਾ, ਹੋ ਜੇ ਕੋ ਪਣਾ ਦੁੱਖ ਮਟਾਵੈ ਹਰ ਵਾਰਨ, ਨਾਮ ਜਪੀਏ ਤਾਂ ਦੂਰ ਦੇ ਖੇੜੇ, ਸੇਵਾ ਕਰਕੇ ਮਾਣ ਪਾਈ ਨਾ ਦੁਖੜੇ, ਸੇਵਾ ਕੇ ਮਾਣ ਪਾਈ ਨਾ। ਵਿੱਚ ਦੁਨੀਆ ਸਿਰ ਕਮਾਈਏ ਐ ਤਾਂ ਆਹ ਨਾਨਕ ਤਹਾਂ ਲੜਾਈਏ, ਹੁਣ ਸੇਵਾ ਸਿਮਰਨ ਇਹ ਦੋ ਹਨ ਗੁਰੂ ਘਰ ਦੇ ਵਿੱਚ ਜਿਨ੍ਹਾਂ ਦੀ ਅਹਿਮੀਅਤ ਕਿੰਨੀ ਹੈ। ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਸਤਿਪੁਰਸ਼ ਜੁਗਤੀ ਦੱਸਦੇ ਨੇ।
ਨਾਮ ਜਪਣ ਦੀ ਚੁਗਤੀ ਤੇ ਬਤਾਉਂਦੇ ਨੇ, ਨਾਮ ਜਪਣ ਦੀ ਚੁਗਤੀ ਤੇ ਬਤਾਉਂਦੇ ਨੇ, ਜੀ ਨਾਮ ਜਪਣ ਦੀ ਚੁਗਤੀ ਤੇ ਬਤਾਉਂਦੇ, ਹੋ ਨਾਮ ਜਪਣ ਦੀ ਚੁਗਤੀ ਤੇ ਬਤਾਉਂਦੇ ਨੇ, ਅਨਹਤ ਬਾਣੀ ਪੂੰਜੀ ਹੱਥ ਰਾਖੀ, ਸੰਤਨ ਮੁਕੂ ਪੂੰਜੀ ਸੰਪੀ ਤੋਂ ਉਤਰਿਆ ਕਾਤ, ਹੋ ਧਰਮ ਰਾਏ ਆਪ ਕਹਾਂ ਕਰੋਗੇ ਜੋ, ਮਹਾ ਆਨੰਦ ਪੇ ਖਪਾਇਆ ਸੰਤਨ ਕੇ, ਕਹ ਨਾਨਕ ਹਰ ਸਿਉ ਮਨ ਮੰਨਿਆ, ਉਹ ਬਾਣੀ ਇਹ ਬਾਣੀ ਹੁਣ ਇੱਥੇ ਆਏ, ਇਹ ਖੁਦਾ ਦਾ ਦਰ ਜਿੱਥੇ ਧੰਨ ਧੰਨ ਬਾਬਾ ਖੁਦਾ ਸਿੰਘ ਮਹਾਰਾਜ ਮਹਾਨ ਤਪਸਵੀ ਜਿਨ੍ਹਾਂ ਨੇ ਕਿੰਨੀ ਇੱਥੇ ਸਾਪ ਸਾਧਨਾ ਕੀਤੀ, ਇਸ ਦਰ 'ਤੇ ਆਪਾਂ ਜੁਗਤੀ ਜਿਹੜੀ ਉਹ ਸਾਧੂਆਂ ਦੀ ਦਰਸਾਈ ਜੁਗਤ ਸਵਾਸ ਰਾਹੀਂ ਅਭਿਆਸ ਉਹ ਰਿਪੀਟ ਕਰਦੇ ਹਾਂ। ਕਿਵੇਂ ਉਹਨਾਂ ਨੇ ਦੱਸਿਆ, ਕੀ ਦੱਸਿਆ, ਤੇਰੇ ਸਾਰਿਆਂ ਦੁੱਖਾਂ ਯਾ ਦਾਰੂ ਇੱਕ ਨਾਮ ਵਾਹੇ ਗੁਰੂ ਨਾ ਤੇਰੇ ਹਾਂ ਯਾ ਦਾਰੂ ਇੱਕੋ ਨਾਮ ਵਾਹੇ ਗੁਰੂ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ, ਉਹ ਕਿਵੇਂ ਦਾਰੂ ਬਣ ਜਾਂਦੀ ਹੈ, ਦੁੱਖ ਕੋਈ ਮਾੜਾ ਨਹੀਂ,
ਦੁੱਖ ਤਾਂ ਦਾਰੂ ਹੈ, ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ, ਸੁਖ ਮੈਂ ਸਿਮਰਨ ਜੇ ਕਰੇ, ਦੁੱਖ ਕਾਹੇ ਕੋ ਹੋਏ, ਦੁੱਖ ਤਾਂ ਤਰੇ ਜਾਂ ਬਿਸਰ ਜਾਵੇ। ਅੱਜ ਆ ਦੇਖੋ ਸੰਸਾਰ ਦੀ ਹਾਲਤ ਕੀ ਹੈ, ਨਾਨਕ ਦੁਖੀਆ ਸਭ ਸੰਸਾਰ, ਕੌਣ ਸੁਖੀ ਹੈ, ਮੰਨੇ ਨਾ ਸੋਈ ਜਿਣ ਜਾਏ, ਜਿਹੜਾ ਇਹ ਜੁਗਤ ਨੂੰ ਅਪਣਾਉਂਦਾ ਨਹੀਂ ਤਾਂ ਹਾਲਾਤ ਕੀ ਬਣ ਚੁੱਕੀ ਹੈ। ਰੋਗੀ ਰੋਗ ਰਹਿਤ ਮੇਰਾ, ਜਿਹੜਾ ਜੋਗ ਜੁਗਤ ਨੂੰ ਸਮਝ ਗਿਆ ਅੱਜ ਦੇ ਸਮੇਂ ਚ ਉਹ ਸੁਖੀ ਹੈ। ਇਹ ਤਾਂ ਧੰਨ ਨੇ ਮਹਾਂਪੁਰਖ, ਨਹੀਂ ਤਾਂ ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਉਹਨਾਂ ਨੇ ਇਹ ਭੀਤ ਖੋਲ ਦਿੱਤੇ। ਆਤਮ ਮਾਰਗ ਪੜ੍ਹ ਲਓ, ਸੁਰਤ ਸ਼ਬਦ ਮਾਰਗ ਪੁਸਤਕ ਹੈ ਪੜ੍ਹ ਲਓ, ਕਿਉਂਕਿ ਵਾਹਿਗੁਰੂ ਜਿਹੜਾ ਮੰਤਰ ਹੈ ਇਹ ਸਾਰੇ ਦੁੱਖ ਸਾਰੇ ਰੋਗ ਦੂਰ ਕਰ ਦਿੰਦਾ ਹੈ। ਜਪਣਾ ਕਿਵੇਂ, ਬੈਖਰੀ ਬਾਣੀ ਚ ਆਪਾਂ ਜਪਦੇ ਹਾਂ, ਬੋਲ ਕੇ ਦਸ ਗੁਣਾ ਫਲ ਵੱਧ ਗਿਆ, ਅੰਦਰ ਜੀਵ ਦੀ ਟੀਸੀ ਹਿਲਦੇ, ਫਿਰ ਇਹ ਮੱਧਮਾਂ ਤੋਂ ਪਸੰਤੀ ਬਾਣੀ ਹਿਰਦੇ ਦੀ, ਬਿਨ ਜਿਹਬਾ ਜੋ ਜਪੇ ਹਿਆਏ ਕੋਈ ਜਾਣੇ ਕੈਸਾ ਨਾਉ, ਫਿਰ ਨਾਭੀ। ਹੁਣ ਇਹ ਸਾਧਨ ਕਰਦੇ ਹਾਂ ਉਹ ਤੋਂ ਵੀ ਦਸ ਗੁਣਾ ਫਲ ਵੱਧ ਗਿਆ। ਕਿੱਡੀਆਂ ਇਹ ਜੁਗਤੀਆਂ ਸਤਿਪੁਰਸ਼ ਦੱਸਦੇ ਕਿ ਇਸ ਤਰ੍ਹਾਂ ਕਰ ਲਓ, ਸਵਾਸ ਰਾਹੀਂ ਅਭਿਆਸ। ਸਾਥ ਸਾਥ ਸਿਮਰੋ ਗੋਬਿੰਦ, ਕੋਈ ਭੇਤ ਸਾਧੂ ਦੱਸਦੇ ਨਹੀਂ, ਪਰ ਉਹ ਤਾਂ ਦਿਆਲੂ ਕਿਰਪਾਲੂ ਮਹਾਂਪੁਰਖ, ਜੇ ਜੁਗਤੀ ਅਪਣਾ ਲਈ ਕੀ ਦੱਸਦੇ ਨੇ ਕਿ ਅੱਜ ਦਾ ਸਮਾਂ ਕਲਯੁਗ ਦਾ ਸਮਾਂ ਹੈ। ਇਸ ਸਮੇਂ ਦੇ ਵਿੱਚ ਜਦੋਂ ਸਿੱਧਾਂ ਨੇ ਸਵਾਲ ਕੀਤਾ ਗੁਰੂ ਨਾਨਕ ਨੂੰ, ਕਿਤ ਕਿਤ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ, ਗੁਰੂ ਬਾਬਾ ਜੀ ਨੇ ਕਿਹਾ ਕਿ ਅਸੀਂ
ਇਹ ਕਲਯੁਗ ਦੇ ਵਿੱਚ ਬਹੁਤ ਸਖਾਲਾ ਨਾਨਕ ਨਾਮ ਸਖਾਲਾ ਲੈ ਕੇ ਆਏ ਆ। ਇਹਦੇ ਵਿੱਚ ਪਹਿਲਾਂ ਮੂਲ ਧਾਰ ਤੋਂ ਸ਼ੁਰੂ ਕਰਦੇ ਆਗਿਆ ਚੱਕਰ ਤੱਕ ਕਿੰਨੇ ਚੱਕਰ ਆਉਂਦੇ? ਖੱਟ ਚੱਕਰ। ਤੇ ਇਹ ਆਗਿਆ ਚੱਕਰ ਤੋਂ ਧਿਆਨ ਸ਼ੁਰੂ ਹੁੰਦਾ ਹੈ ਅੱਖ ਨੱਕ ਦੀ ਜੜ ਵਿੱਚ, ਇੱਥੇ ਧਿਆਨ ਧਰਨਾ ਹੁੰਦਾ ਹੈ। ਉਹ ਧਰੀਏ ਵਿੱਚ ਧਿਆਨ ਗੁਰਾਂ ਦੀ ਮੂਰਤ ਨਾ, ਧਰੀਏ ਮਨ ਵਿੱਚ ਧਿਆਨ ਹੁੰਦੀ ਮੂਰਤ ਨਾ, ਗੁਰ ਕੀ ਮੂਰਤ ਮਨ ਮਹਿ ਧਿਆਨ। ਹੁਣ ਗੁਰਮੂਰਤ ਗੁਰ ਸ਼ਬਦ ਹੈ, ਪ੍ਰਤੀਕ ਧਿਆਨ 'ਚ ਹੁਣ ਇੱਥੇ ਆਏ ਹਾਂ। ਵਾਈਬ੍ਰੇਸ਼ਨ ਅਸਥਾਨ ਦੀਆਂ ਵੇਵਸ ਹਨ ਇੱਥੇ। ਪੰਜ ਸੌ ਸਾਧੂ ਆਤਮ ਆਨੰਦ ਮਾਣਦੇ, ਚਮਾਸਾ ਇੱਥੇ ਕੱਟਦੇ, ਅੰਬ ਲੱਗੇ ਜਾਮਣਾ ਦੇ ਦਰਖਤ, ਉਹ ਚਮਾਸੇ ਦੇ ਵਿੱਚ ਇੱਥੇ ਰਹਿ ਕੇ ਚਾਰ ਮਹੀਨੇ ਜਪ ਤਪ ਕਰਦੇ। ਬਾਬਾ ਖਦਾਸ ਸਿੰਘ ਭੋਰੇ 'ਚ ਬੈਠ ਕੇ ਕਿੰਨਾ ਤਪ ਕਰਦੇ, ਸਿਉਂਕ ਚੜ੍ਹ ਜਾਂਦੇ। ਅਤੇ ਉਹਨਾਂ ਦੀਆਂ ਇਹ ਵਾਈਬ੍ਰੇਸ਼ਨਸ ਵੇਵਸ ਇਸ ਸਥਾਨ 'ਤੇ ਨੇ। ਇੱਥੇ ਕਿਉਂ ਇਹ ਚਿੱਤ ਆਉਂਦਾ? ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਕਿਉਂਕਿ ਮਹਾਂਪੁਰਖ ਰਤਵਾੜਾ ਸਾਹਿਬ ਵਾਲਿਆਂ ਨੇ 1995 ਤੋਂ ਇੱਥੇ ਸੇਵਾ ਸੰਭਾਲੀ। ਬਹੁਤਾ ਉਹਨਾਂ ਨੇ ਪਸਾਰਾ ਨਹੀਂ ਕੀਤਾ, ਨਾਮ ਜਪਣ ਵਾਸਤੇ ਆਪਣੀ ਵੀ ਕੁਟੀਆ ਬਣਾਈ। ਇਹ ਕੁਟੀਆ ਬਣਾਈਆਂ ਕਿ ਇੱਥੇ ਜਗਿਆਸੂ ਆਉਣਗੇ, ਨਾਮ ਜਪਣਗੇ, ਕਿਉਂਕਿ ਇਹ ਹੈ ਪ੍ਰਤੀਕ ਧਿਆਨ। ਇਹਦੇ ਨਾਲ ਕੀ ਚਿੱਤ ਆਉਂਦਾ ਹੈ? ਹੋ ਨਾਮ ਚਿੱਤ ਆਉਂਦਾ ਹੈ ਦਰਸ਼ਨ, ਚਿੱਤੇ ਆਉਂਦਾ ਹੈ ਸਾਧੂ ਦਰਸ਼ਨ ਕਰਕੇ,
ਸਾਧੂਦੇ ਸ਼ਨ ਕਰਕੇ ਉਹਦੇ ਸ਼ਨ ਕਰਕੇ ਸਾਧੂ ਦੇ ਸਾਧੂ ਦੇ ਸ਼ਨ ਕਰਕੇ ਲੂ ਦੇ ਸ਼ਨ ਕਰਕੇ ਮਨੂ ਦੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਇਹ ਸਾਕਾਰ ਪ੍ਰਤੀਕ ਧਿਆਨ ਅਕਾਲ ਮੂਰਤ ਹੈ ਸਾਧ ਸੰਤਨ ਕੇ ਠਹਰ ਨੀਕੀ ਧਿਆਨ ਕੋ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਧਰਨਾ ਇਹ ਸਾਕਾਰ ਮੰਡਲ 'ਚ ਪ੍ਰਤੀਕ ਮੰਨ ਕੇ ਚੱਲਣਾ ਹੀ ਪੈਂਦਾ ਹੈ ਪਰ ਇਹਦੇ ਬਾਰੇ ਜੇ ਕਿਸੇ ਨਾਲ ਗੱਲ ਕਰੋ ਕੀ ਹੋਵੇਗਾ ਭਾਈ ਵੀਰ ਸਿੰਘ ਰਸਕ ਵੈਰਾਗੀ ਮਹਾਂਪੁਰਸ਼ ਕੀ ਕਹਿੰਦੇ ਨੇ ਗਿਆਨੀ ਸਾਨੂੰ ਫੋੜਦਾ ਏ ਬਹਿਮੀ ਢੋਲਾ ਇਹ ਬਹਿਮੀ ਢੋਲਾ ਆਖਦਾ ਏ ਉਹ ਮਾਰੇ ਜਿੰਨੀ ਵੀ ਪਾਰ ਹੁਣ ਗਿਆਨੀ ਨੂੰ ਕਹੋ ਪੁੱਛੋ ਉਹ ਕੀ ਕਹੋ ਕਿ ਬੁੱਤ ਪ੍ਰਸਤੀ ਹੈ ਉਹ ਪਿਆਰਿਆ ਤੂੰ ਤਾਂ ਪੁੱਤਾਂ 'ਚ ਫਸਿਆ ਗ੍ਰਸਤ ਕਟੰਬ ਸਾ ਮੋਕਾ ਫਾਸਾ ਕੀ ਇਸ ਗੱਲ ਨੂੰ ਕਹਿੰਦਾ ਹੈ ਕਹਿੰਦੇ ਤੂੰ ਬੈਠਾ ਰਹਿ ਆਪਣੇ ਕੋਲ ਹੀ ਗਿਆਨ ਰੱਖ ਉਹ ਬੈਠ ਬੇਗਿਆਨੀ ਬੁੱਧੀ ਮੰਡਲੇ ਦੀ ਮੰਡਲੇ ਦੀ ਕੈਦ ਉਹ ਮਾਰੇਗੇ ਜਿੰਨਾ ਬੁੱਧੀ ਪਾਰ ਲਾਈਆਂ ਉਹ ਕਹਿੰਦੇ ਗਿਆਨੀਆਂ ਤੂੰ ਬੈਠਾ ਰਹਿ ਆਪਣਾ ਗਿਆਨ ਆਪਣੇ ਕੋਲ ਰੱਖ ਕਿਉਂਕਿ ਗਿਆਨ ਤਰਕ ਕਰਨੀ ਹੈ ਇੱਕ ਇਹ ਕਿਵੇਂ ਹੋ ਸਕਦਾ ਹੈ ਹੁੰਦਾ ਹੈ ਦੇਖੋ ਤਾਂ ਸਹੀ ਕਰਕੇ ਕਿੱਡੀਆਂ ਬਖਸ਼ਿਸ਼ਾਂ ਰਹਿਮ ਤਾਂ ਹੋਣਗੀਆਂ ਧਿਆਨ ਹੀ ਹੈ ਮਾੜਾ ਕਿਸੇ ਰੂਪ ਦਾ ਧਿਆਨ ਆ ਗਿਆ ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ ਲੱਭੇ ਮਾਲੇ ਘੁਲ ਮਿਲ ਵੀ ਚਲੋਂਗੀ ਸੌੜ ਪਲੰਘ ਤਹਿਤ ਨਹਿਸ ਹੋ ਜਾਂਦਾ ਹੈ ਕਿਵੇਂ
ਆਉਂਦਾ ਹੈ ਵੀਰ ਕਾਮ ਕ੍ਰੋਧ ਕੋ ਕਲ ਜੂ ਕੰਚਨ ਨਿਮਖ ਕਾਮ ਸਵਾਦ ਕਾਨ ਕੋਟ ਦੁੱਖ ਪਾਵੇ ਘੜੀ ਮਹਤ ਰੰਗ ਮਾਣੇ ਬਹਰ ਬਹਰ ਪਛਤਾਵੇ ਕਰਦਾ ਕੀ ਹੈ ਕਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿੰਬਲ ਦੇਖ ਸੁਆਬਿਕ ਸਾਨਾਂਤ ਕੀ ਓ ਫਸ ਫਸ ਕੇ ਪਲਚ ਪਲਚ ਸਗਲੀ ਹੋਈ ਝੂਠੇ ਤੰਦੇ ਮੋਹ ਭੋਗ ਦੀ ਜ਼ਿੰਦਗੀ ਨੇ ਕੀ ਦਿੱਤਾ ਰੋਗ ਆਪੀ ਨੇ ਭੋਗ ਭੋਗ ਹੋ ਪੱਟਾ ਹੋਆ ਦੁਨੀ ਤਾਰ ਗੱਲ ਅੱਗੇ ਕਰਨੀ ਕਿਰਤ ਬਾਚੀ ਹੈ ਬਹਿਲ ਹੇ ਥਾਂ ਨਾ ਹੋਈ ਪਾਉਂਦੇ ਹੁਣ ਮਨ ਅੰਦੇ ਗਵਾਇਆ ਮਨ ਲੈ ਫਾਹੇ ਰਾਤੀ ਤੁਰੇ ਪ੍ਰਭ ਸਾਣੇ ਉਹ ਤੱਕੇ ਨਾਰ ਪਰਾਈਆਂ ਲੋਕੇ ਅੰਦਰ ਸੰਨੀ ਤੇੜਪ ਖੰਮ ਥਾਏ ਬੈਠਾ ਮਤ ਕਰਮੀ ਪੋ ਪਣੀ ਆਪੇ ਹੇ ਇਜ਼ਰਾ ਹੀਲ ਫਰੇਸ਼ਤਾ ਤਿਲ ਹੁਣ ਉਹ ਗਿਆਨੀ ਭੋਗ ਦੀ ਜ਼ਿੰਦਗੀ ਜਿਉਣ ਵਾਲਾ ਅਹੰ ਭਾਵ ਚ ਆ ਕੇ ਕਹਿ ਦੇਵੇਗਾ ਅਹੰ ਬ੍ਰਹਮ ਅਸਮੀ ਕਿ ਮੈਂ ਹੀ ਹਾਂ ਪਰਮੇਸ਼ਰ ਸਰੀਰ ਭੋਗਦਾ ਏ ਆਤਮਾ ਨਿਸ਼ੰਗ ਹੈ ਪਰ ਬਾਣੀ ਤਾਂ ਬਾਣ ਮਾਰ ਰਹੀ ਹੈ ਪਿਆਰਿਆ ਇਹ ਸਾਕਾਰ ਮੰਡਲ ਚੋਂ ਨਿਕਲ ਕਿਸੇ ਪਿਆਰੇ ਦਾ ਧਿਆਨ ਆ ਗਿਆ ਹੁਣ ਜੋਗਾ ਸਿੰਘ ਨੂੰ ਧਿਆਨ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਮ ਚੇਤਾ ਆਇਆ ਵਿਸਵਾ ਦੇ ਧਿਆਨ ਨਾਲ ਕਾਮ ਚੇਤਾ ਆਇਆ ਫਰਕ ਹੈ
ਸਾਕਾਰ ਮੰਡਲ ਚੋਂ ਨਿਕਲਣ ਵਾਸਤੇ ਇਹ ਜ਼ਰੂਰੀ ਹੈ। ਹੁਣ ਇਹ ਨਹੀਂ ਕਿ ਇੱਥੇ ਹੀ ਫਸੇ ਰਹਿਣਾ, ਇਹ ਤੋਂ ਅੱਗੇ ਫਿਰ ਮੰਡਲ ਕਿਹੜਾ ਆਉਂਦਾ ਹੈ? ਉਹ ਜੈਸਾ ਸੇਵ ਤੈਸੋ ਹੋਵੇ। ਹੁਣ ਮਿਸਾਲ ਕੀ ਹੈ? ਸੰਪਤ ਧਿਆਨ ਦੀ। ਪੀਰ ਚੰਦਨ ਕਾ ਬਿਰ ਬਾਪ ਲਾਓੜੇ ਟਾਕਾ, ਹੁਣ ਚੰਦਨ ਕੋਲ ਰਹਿਣ ਵਾਲਾ ਚੰਦਨ ਹੀ ਬਣ ਜਾਂਦਾ ਹੈ। ਇਹ ਹੈ ਪ੍ਰਤੀਕ ਧਿਆਨ। ਕਬੀਰ ਚੰਦਨ ਕਾ ਬਿਰਬਾ ਪਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਚੋ ਚੰਦਨ ਪਾਸ। ਹੁਣ ਅੱਗੇ ਅਹੰਗ੍ਰਹਿ ਧਿਆਨ, ਕਿਉਂਕਿ ਮੰਜ਼ਲ ਜਿਹੜੀ ਥੱਲੇ ਦੀਆਂ ਨੇ ਉਹਦੇ ਵਿੱਚ ਧਿਆਨ ਨਹੀਂ। ਪਰ ਆਗਿਆ ਚੱਕਰ 'ਚ ਧਿਆਨ ਧਰਨਾ ਜ਼ਰੂਰੀ ਹੈ, ਫਿਰ ਧਿਆਨ ਬਦਲਦਾ ਜਿੱਥੇ ਗੁਰਮੂਰਤ ਗੁਰ ਸ਼ਬਦ ਹੈ। ਕਿਉਂਕਿ ਤ੍ਰਿਕੁਟੀ ਟੁੱਟ ਗਈ ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ ਇੱਕ ਹੋ ਗਿਆ। ਇਹ ਹੈ ਨਿਸ਼ਾਨੀ ਸਾਧਕੀ, ਜਿਸ ਭੇਟ ਤਰੀਏ ਉਹ ਹੈ ਅਹੰਗ੍ਰਹਿ ਧਿਆਨ, ਉਹ ਹੈ ਬਰਮ ਗਿਆਨ। ਮੰਜ਼ਲਾਂ ਹਨ, ਆਗਿਆ ਚੱਕਰ 'ਚ ਧਿਆਨ ਦੇ ਨਾਲ ਉਹ ਸੁਣਨਾ ਸ਼ੁਰੂ ਹੁੰਦਾ ਜਿੱਧਰੋਂ ਸ਼ਬਦ ਆਉਂਦਾ, ਕਿਉਂਕਿ ਮਾਰਗ ਹੈ। ਜੈਸੇ ਮੈਂ ਕਮਲ ਨਿਰਾਲਮ ਮੁਰਗਾਈ, ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ। ਹੁਣ ਮੰਜ਼ਲ ਦਰ ਮੰਜ਼ਲ ਕਿੱਡੀਆਂ ਅਵਸਥਾਵਾਂ ਧਿਆਨ। ਸ਼ਬਦ ਦੀ ਆਵਾਜ਼ ਜਿਸ ਪਾਸਿਓਂ ਵੱਲ ਆਈ ਉਸ ਪਾਸੇ ਵੱਲ ਸੁਰਤ ਗਈ। ਸੁਰਤ ਆਸ਼ਕ ਹੈ, ਇਹਨੂੰ ਇਸ਼ਕ ਹੈ, ਸ਼ਬਦ ਦਾ ਪਿਆਰ ਹੈ।
ਉਹ ਇਸ਼ਕ ਹੈ ਇਹ ਨਹੀਂ ਕਿ ਆਹ ਜਿਹੜਾ ਮਜਾਜੀ ਦੁਨੀਆ ਦਾ ਉਹ ਤਾਂ ਹਕੀਕੀ ਹੈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹਦੇ ਵਿੱਚ ਸ਼ਬਦ ਦੀ ਤੁਨਕਾਰ ਸੁਣਦੀ ਹੈ, ਬ੍ਰਹਮ ਗਿਆਨ ਅਹੰਗ੍ਰਹਿ ਧਿਆਨ, ਫਿਰ ਇਹ ਧਿਆਨ ਹੀ ਗਿਆਨ ਹੈ। ਸ਼ਬਦ ਤੁਨਕਾਰ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਹੁਣ ਸਮਾਂ ਵੀ ਇਜਾਜ਼ਤ ਦੇ ਰਿਹਾ, ਆਓ ਧੁਨ ਨੂੰ ਸੁਣਨ ਦਾ ਯਤਨ ਕਰੀਏ। ਦੱਸਣ ਵਾਸਤੇ ਸੱਤਵੇਂ ਸਮਾਗਮ ਤੇ ਮਹਾਂਪੁਰਖਾਂ ਨੇ ਇਹ ਧੁਨ ਬਣਾ ਕੇ ਦਿਖਾਈ, ਕਿਵੇਂ ਅੰਦਰ ਨੂੰ ਸਵਾਸ ਜਾਂਦਾ, ਸਾਰੇ ਦੇਖੋ ਜਾਂਦਾ ਹੈ, ਆਉਂਦਾ ਹੈ, ਕਿਉਂਕਿ ਮੰਤਰ ਨਾਮ ਤੱਕ ਪਹੁੰਚਾਉਂਦਾ ਹੈ। ਨਾਮ ਅੰਦਰ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਤ ਅਨਹਤ ਤਹਿਨਾਦ, ਧੁਨ ਕਿਵੇਂ ਬਣਾਉਣੀ ਸਤਿਪੁਰਸ਼ਾਂ ਨੇ ਸਿਖਾਈ ਹੈ ਜੁਗਤੀ। ਆਓ ਜਿਹੜਾ ਉਹ ਲੈਸਨ ਸਭ ਉਹਨੂੰ ਰਿਪੀਟ ਕਰੀਏ, ਇਉਂ ਬਣਾ ਲਿਆ ਕਰੋ। ਅੰਮ੍ਰਿਤ ਵੇਲੇ ਉੱਠੋ, ਸਵਾਸ ਦੇਖੋ ਆ ਰਿਹਾ ਜਾ ਰਿਹਾ, ਸਿੱਧੇ ਬੈਠ ਜਾਓ, ਨੇਤਰ ਬੰਦ ਕਰੋ, ਰੀੜ੍ਹ ਦੀ ਹੱਡੀ ਸਿੱਧੀ ਰੱਖਣੀ ਹੈ, ਐਨਰਜੀ ਫਲੋ ਉੱਪਰ ਨੂੰ ਕਰੇ, ਕਿਉਂਕਿ ਇੱਥੇ ਆਪਾਂ ਆਪਣਾ ਇਹ ਸਬਕ ਜਿਹੜਾ ਮਿਲਿਆ ਹੈ ਇਹਨੂੰ ਯਾਦ ਕਰਦਿਆਂ ਰਿਪੀਟ ਕਰਦਿਆਂ ਕਿਤੇ ਭੁੱਲ ਨਾ ਜਾਈਏ। ਭੁੱਲ ਹੀ ਪਏ ਹਾਂ, ਭਜੋ ਗੋਬਿੰਦ ਭੁੱਲ ਮਤ ਜਾਓ। ਕੀ ਕਰੀਏ ਫਿਰ, ਸਵਾਸ ਡੂੰਘਾ ਲਓ ਪੂਰਾ ਭਰ ਕੇ ਜਿੰਨਾ ਵੀ ਲੈ ਸਕਦੇ ਹੋ। ਅੰਦਰ ਨੂੰ ਸਵਾਸ ਜਾਂਦੇ ਸੁਣੋ, ਦੱਸਣ ਵਾਸਤੇ ਇਸ ਤਰ੍ਹਾਂ ਦੱਸਿਆ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਇਉਂ ਕਰੋ, ਕਿਉਂਕਿ ਦਵਾਈ ਤਾਂ ਅੰਦਰ ਹੀ ਪਈ ਹੈ, ਹਰ ਔਖਦ ਸਭ ਘੱਟ ਹੈ ਪਾਈ। ਗੁਰਪੂਰੇ ਬਿਨ ਵਿਦ ਨਾ ਬਣਾਈ, ਗੁਰਪੂਰੇ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁੱਖ ਨਾ ਥੀ ਆ, ਖਾਲੀ ਪੇਟ
ਅੰਮ੍ਰਿਤ ਵੇਲੇ ਉੱਠ ਕੇ ਕਰਿਆ ਕਰੋ, ਇਹਦੇ ਨਾਲ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ। ਸਾਤ ਸਾਤ ਸਿੱਧੇ ਗੇੜੇ ਚ ਪਲੋ ਵਾਹਿਗੁਰੂ, ਸਾਤ ਸਿੱਧੇ ਗੇੜੇ ਚ ਪਲੋ ਗੁਰੂ, ਅੰਦਰ ਨੂੰ ਸਵਾਸ ਗਿਆ, ਪੇਟ ਪੂਰਾ ਬਾਹਰ ਆਵੇ, ਆਕਸੀਜਨ ਅੰਦਰ ਜਾਵੇ। ਇੱਥੇ ਦਰਖਤ ਲਾਏ ਨੇ ਬਾਬਾ ਖੁਦਾਤ ਸਿੰਘ ਮਹਾਰਾਜ, ਆਪ ਟੋਆ ਪੁੱਟਦੇ 6 ਫੁੱਟ ਮੁਰੱਬਾ। ਜਿਹੜਾ ਵੀ ਸਾਧੂ ਆਉਂਦਾ ਨੂੰ ਕਹਿੰਦੇ ਕਿ ਦਰਖਤ ਲੈ ਕੇ ਆ, ਕਿਸੇ ਪ੍ਰਦੇਸ਼ ਤੋਂ ਆਵੇ, ਬੂਟਾ ਲੈ ਕੇ ਆਵੇ, ਇੱਥੇ ਲਾਵੇ। ਆ ਖੂਹ ਲਵਾਇਆ, ਖੂਹ ਦੇ ਨਾਮ ਸਾਰੀ ਜਾਇਦਾਦ ਲਵਾ ਦਿੱਤੀ। ਇਹ ਖੂਹ ਵਿੱਚ 68 ਤੀਰਥਾਂ ਦਾ ਜਲ ਪਾਇਆ। ਕਿੰਨਾ ਪਵਿੱਤਰ ਸਥਾਨ, ਕਿੰਨਾ ਪਵਿੱਤਰ ਵਾਤਾਵਰਣ, ਜਲਵਾਯੂ ਇਸ ਸਥਾਨ ਦਾ ਹੈ। ਇਸ ਵਾਤਾਵਰਣ ਵਿੱਚ ਕਰਕੇ ਤਾਂ ਦੇਖੋ, ਨਗਰ ਪਵਿੱਤਰ ਹੋ ਜਾਵੇ, ਰੀ ਬੋਲ ਵਾਹਿਗੁਰੂ ਹੋ ਜਾਵੇ, ਇੱਕ ਵਾਰੀ ਬੋਲ ਗੁਰੂ। ਅੱਧੋ ਅੱਧ ਬੋਲੋ, ਸਾਰਾ ਨਗਰ ਪਵਿੱਤਰ ਹੋ ਜਾਵੇ, ਕਿਵੇਂ ਬੋਲਣਾ। ਇੱਕ ਵਾਰੀ ਦਾ ਆਖਰੀ ਸਮੇਂ ਅਜਾ ਮਲ ਨੂੰ ਨਾਰਾਇਣ ਸੁਧ ਆ ਗਈ। ਜੁਗਤ ਜੋ ਸਤਿਪੁਰਸ਼ਾਂ ਨੇ ਦੱਸੀ ਕਿ ਆਖਰੀ ਸਵਾਸ ਆਉਣਾ, ਹ
ਹਮ ਆਦਮੀ ਹਾਂ ਇੱਕ ਦਮੀ ਦਮ ਆ ਗਿਆ ਤਾਂ ਆਦਮੀ ਨਾ ਆਇਆ ਕੀ ਦੀ ਕੀਮਤ ਹੈ। ਨਾਮ ਨਾਲ ਜੁੜਨ ਵਾਸਤੇ ਦੀ ਮਦਦ ਲਓ, ਸੁਰਤ ਨੂੰ ਸਵਾਸ ਦੀ ਮਦਦ ਲੈ ਕੇ ਉੱਚੀ ਚੁੱਕੋ, ਸ਼ਬਦ ਨਾਲ ਜੋੜੋ, ਕਰੋ ਕਿ ਸਵਾਸ ਪੂਰਾ ਭਰ ਕੇ ਲਓ। ਪੇਟ ਬਾਹਰ ਨੂੰ ਆ ਗਿਆ, ਸਵਾਸ ਛੱਡਣਾ, ਪੇਟ ਅੰਦਰ ਲੱਗ ਗਿਆ। ਅੰਮ੍ਰਿਤ ਵੇਲੇ ਉੱਠੋ, ਕਰ ਇਸ਼ਨਾਨ, ਸਿਮਰ ਪ੍ਰਭ, ਆਪਣਾ ਮਨ ਤਨ ਪੇ ਰੋਗਾ, ਸਾਰੇ ਰੋਗ ਦੂਰ ਹੋ ਜਾਣਗੇ। ਖੁੱਲ੍ਹੀ ਹਵਾ 'ਚ ਘਰ ਦਰਵਾਜ਼ੇ ਖਿੜਕੀਆਂ ਖੋਲ੍ਹ ਲਓ, ਖੁੱਲ੍ਹੀ ਹਵਾ 'ਚ ਬੈਠ ਕੇ ਜਿੰਨੀ ਪ੍ਰਾਣ ਵਾਯੂ ਆਕਸੀਜਨ ਅੰਦਰ ਜਾਊ, ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ, ਅੰਦਰੋਂ ਸਾਰੇ ਰੋਗ ਬਾਹਰ ਕੱਢ ਦੂ। ਦਵਾਈ ਵੀ ਰਾਸ ਸਾਜੂ, ਔਖਦਾ ਏ ਰਾਸ ਵਿੱਚ ਆਪ ਖਲੋਇਆ। ਹੁਣ ਇੱਥੇ ਕਿਉਂ ਰੋਗ ਟੁੱਟਦੇ ਨੇ? ਚੰਦਰਮਾ ਦੀਆਂ ਰਿਸ਼ਮਾਂ 'ਚ ਰੁੱਤ ਅਨੁਸਾਰ ਜੜੀ ਬੂਟੀਆਂ ਪਾ ਕੇ ਬੈਤ ਖੀਰ ਤਿਆਰ ਕਰਦੇ ਨੇ। ਆਪਾਂ ਮੰਤਰ ਚਿਕਿਤਸਾ ਅਪਣਾਉਂਦੇ ਹਾਂ, ਇਹ ਜੁਗਤ ਹੈ, ਇਹਨੂੰ ਲਗਾਤਾਰ ਕਰਦੇ ਰਹੋ। ਲੈਸਨ ਹੁੰਦਾ ਹੈ ਉਠਤ ਬੈਠਤ ਸੋਵਤ ਨਾਮ, ਸਦਾ ਹੀ ਹੋਵੇ। ਅਵਸਥਾ ਕਿੰਨੀ ਉੱਚੀ ਹੋ ਜੂ, ਜਿੰਨਾ ਸਾਸ ਗਰਾਸ ਨ ਵਿਸਰੇ ਹਰਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ ਮਹਾਂਪੁਰਖ ਚਾਹੁੰਦੇ। ਉਹ ਕਿ ਉਸ ਦੇਸ਼ ਦੇ ਜਿਸ ਦੇ ਅਸੀਂ ਵਾਸੀ ਉੱਥੇ ਸਾਰੇ ਪਹੁੰਚਣ, ਸਵਾਓ ਉਹਨਾਂ ਦੀ ਦਰਸਾਈ ਜੁਗਤ ਅਨੁਸਾਰ ਕਰਕੇ ਫਿਰ ਅਰਦਾਸ ਕਰੀਏ, ਕਿਉਂਕਿ ਜੋ ਬਾਤ ਦਵਾ ਨਾ ਕਰ ਸਕੇ ਸੋ ਬਾਤ ਦੁਆ ਸੇ ਹੋਤੀ ਹੈ। ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਸੋ ਸਾਰੇ ਕਰੋ, ਫਿਰ ਅਰਦਾਸ ਵਿੱਚ ਜੁੜੀਏ। ਇੱਕ ਮਿੰਟ ਅੰਦਰ ਸੁਣਨ ਦਾ ਯਤਨ ਕਰਿਓ, ਕਿਉਂਕਿ ਅਸੀਂ ਭੁੱਲ ਜਾਂਦੇ ਹਾਂ। ਸੰਤਾਂ ਨੇ, ਮਹਾਂਪੁਰਸ਼ਾਂ ਨੇ ਤਾਂ ਬੜਾ ਭੰਡਾਰੇ ਖੋਲ੍ਹ ਦਿੱਤੇ। ਸੋ ਇਹ ਪੁਸਤਕਾਂ ਪੜ੍ਹ ਲਓ, ਕਿੰਨੀਆਂ ਨੇ। ਆਤਮ ਮਾਰਗ ਹਰ ਮਹੀਨੇ ਦਸਤਕ ਦਿੰਦਾ ਹੈ, ਪਿਆਰ ਭਰੀ ਪੱਤਰਿਕਾ। ਸੋ ਇਹ ਜੁਗਤ ਜ਼ਰੂਰ ਅਪਣਾਓ। ਆਓ ਆਪਾਂ ਅਰਦਾਸ ਵਿੱਚ ਜੁੜਨ ਵਾਸਤੇ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਇਸ ਤਰ੍ਹਾਂ ਕਰੀਏ। ਸਵਾਸ 'ਤੇ ਕੰਟਰੋਲ ਕਰ ਲਓ, ਸਵਾਸ 'ਤੇ ਹੀ ਮਨ ਦੌੜਦਾ ਹੈ। ਇਹ ਮਨ ਉੱਡਣ ਪੰਖੇਰੂ ਬਣ ਕਾ, ਇਹ ਸਵਾਸ ਸਵਾਰੀ ਕਰਦਾ ਹੈ ਇਸਦੀ, ਹਵਾ ਦੀ। ਇਸ ਕਰਕੇ ਇਹਨੂੰ ਹੀ ਕੰਟਰੋਲ ਕਰ ਲਓ। ਕੀ ਕਰਨਾ? ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਜਿੰਨਾ ਡੂੰਘਾ ਸਾਹ ਲੈ ਸਕਦੇ ਹੋ ਉਹ ਲੈਣ ਦਾ ਯਤਨ ਕਰੋ। ਸਾਰੇ ਦੋ ਵਾਰੀ ਬੋਲੋ, ਫਿਰ ਦੋ ਮਿੰਟ ਅੰਦਰ ਸੁਣੋ, ਕੋਈ ਰਸਨਾ ਖਾਲੀ ਨਾ ਰਹੇ। ਵਾਹੇ ਗੁਰੂ।
ਠਾਕਰ ਤੁਮ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬੋਲੋ ਜੀ ਮੈਂ ਸਬਦ ਖਾਲਸਾ ਜੀ ਦੀ
ਸਤਿ ਸ਼੍ਰੀ ਅਕਾਲ।
ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦ ਸਮੈ ਕੋਏ ਨਾ ਡਿਠਾ ਤੂੰ ਨਾਨਕ ਮਨ ਪਹਾੜਾ ਹਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੈਂਡੀ ਬੰਦ ਸਮੈ ਕੋਏ ਨਾ ਡਿਠਾ ਲਾਇਨ ਨਿਰਮਲ ਕਰਨੀ ਸਾਧ ਸੰਗਤ ਗੈ ਅੰਚਲ ਲਾਮ ਹੋ ਵ
ਭਿਖਮ ਨਦੀ ਜਾਏ ਤਰਣੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਪਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੇ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਪਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੇ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹਲਾ ਚੌਥਾ ਮਨ ਮੁਖ ਮਾਇਆ ਮੋਹ ਬਿਆਪੇ ਦੂਜੇ ਪਾਏ ਮਨੂ ਆਥਿਰ ਨਾਹੇ ਅਨ ਦਿਨ ਜਲ ਤਰਹੈ ਦਿਨ ਰਾਤੀ ਹੋਮੇ ਖਪਹਿ ਖਪਾਹੇ ਅੰਤਰ ਲੋਭ ਮਹਾਂਗਵਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵ ਹੈ ਜਨਮ ਮਰਹਿ ਮਰ ਜਾਏ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ ਸੇਈ ਵੇ ਚਖਣ ਸੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤ ਕਲਾਇਆ ਨਾਨਕ ਭਏ ਪਨੀਤ ਹਰ ਤੀਰਥ ਨਾਇਆ
ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸਹੀ ਵਿਚਖਣ ਸੰਤ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਉਹ ਜਿਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you.